एक बंदे ने किलो लाया के किलो फिर मंगया ते उन्हें कहता इंज करके मुछ कटी है भार लथा इंज भजा पिछे पास सदर बन गया चैना गया उन्होंने मुलक नु खिड़की लाया अस्सलामुअलैकुम नादरीन प्रोग्राम लेट सवेर में खुश आमदीद प्रोग्राम कभी कभार में खुश आमदीद ते मेरे नाल जिन्ने बंदे मैं इन्होंने ना लाए थे 15 मिनट इतने लंघ जाने तू किधर आ गया तू जैसे नंगदा नंगदा बह गया तू हर शो च आना हुण हो उस्ताद जरूर नहीं लगता तुहाडे तों बगैर अच्छा जी ਐਤਵਾਰ ਬਾਜ਼ਾਰ ਆ ਤੇ ਜੁਮੇਰਾਤ ਨੂੰ ਅਪਲੋਡ ਹੋ ਰਿਹਾ ਸਾਡਾ ਇਦਾਂ ਹੀ ਆ ਹਾਂ ਅਸੀਂ ਇਦਾਂ ਦੇ ਹੀ ਆ ਬਸ ਆ ਮਾਸ਼ਾ ਅੱਲਾ ਤੇ ਅੱਜ ਸਭ ਤੋਂ ਜ਼ਿਆਦਾ ਜੁਗਤਾਂ ਜਿਹੜੀਆਂ ਕਰਨੀਆਂ ਨੇ ਨਾ ਉਹ ਇੰਨੇ ਨਹੀਂ ਕਰਨੀਆਂ ਦੇਖ ਲੈਣਾ ਤੁਸੀਂ ਪੱਕੀ ਗੱਲ ਲਓ ਜੀ ਇਹ ਬੰਦਾ ਹਾਂਜੀ ਨਾਜ਼ਰੀਨ ਇਸ ਪੂਰੇ ਸ਼ੋਅ 'ਚ 10 ਗੱਲਾਂ ਕਰ ਦੇਵੇ ਅੱਛੀਆਂ ਅੱਛੀਆਂ ਵਾਹ ਵਾਹ 10 ਗੱਲਾਂ ਆਹਾ ਇਸ ਬੰਦੇ ਨੂੰ ਮੈਂ 10-5,000 ਰੁਪਏ ਦੇਣ ਵਾਹ 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 ਤਰੇੜਾ ਵਾਲਾ ਐਕਸਰਾ ਹੁੰਦਾ ਦਸ ਤੋਂ ਬਾਅਦ ਜਿਹੜਾ ਪੰਜ ਵਾ ਨਾ ਫਿਰ ਤੁਸੀਂ ਇਹਨੂੰ ਦੇਣਾ ਵਾ ਚੂਚਿਆਂ ਦੀ ਪੈਲ ਪਾਈ ਹੁੰਦੀ ਦੋ ਹੋ ਗਈਆਂ ਚਲੋ ਚਲੋ ਕੀ रात नूं कह रहा प्रोग्राम च कहिंदा शेहूपुरे दीआं हल्कीआं हल्कीआं कलमां मैं सैट करनीआं ने ਸਦਰ ਬਣ ਗਿਆ ਤੇ ਐਮਪੀ ਨਾਲ ਖਿਤਾਬ ਕਰਨ ਦੇ ਉਹ ਫਾਰਮ ਸ਼ੁਰੂ ਕਰ ਲਓ ਰਾਜੀ ਨਾਈ ਸੀ ਤੇ ਸਦਰ ਬਣ ਗਿਆ ਤੇ ਚੈਨਾ ਦਾ ਸਦਰ ਚੱਲਾ ਤੇ ਉਹਨੂੰ ਪਿੱਛੋਂ ਪੁੱਛਣ ਦਿਆ ਸਕ੍ਰਬ ਨਹੀਂ ਕਰਾਉਣਾ ਅੱਛਾ ਅੱਛਾ ਜਿੱਥੇ ਪਾਰਲੀਮੈਂਟ 'ਚ ਬੈਠਾ ਨਾ ਉੱਥੇ ਉੱਤੇ ਸੋਹਣੀ ਧਾਗਾ ਬਣ ਕੇ ਪੂਰੇ ਤੌਲੀਏ ਟੰਗੇ ਇੱਕ ਐਮਪੀ ਨੂੰ ਮਿਲਣ ਗਿਆ ਤੇ ਉਹਦੇ ਕਿਤੇ ਆਹੜੀ ਜਗ੍ਹਾ ਤੇ ਵਾਲ ਜ਼ਿਆਦਾ ਸੀ ਉਹਨੂੰ ਕਹਿੰਦਾ ਤੂੰ ਅਸੈਂਬਲੀ 'ਚ ਜਾਣਾ ਰੋਟੀ ਤੋਂ ਬਾਅਦ ਫਟਕੜੀ ਮਾਰ ਰਿਹਾ ਸਦਰ ਪਹਿਲੀ ਵਾਰੀ ਸਦਰ ਬਣਿਆ ਤੇ ਅਸੈਂਬਲੀ 'ਚ ਸੱਦਿਆ ਤੇ ਨਾਲ ਤੌਲੀਆ ਕਿੰਨੇ ਸਾਰੇ ਲੈ ਗਏ ਆਪਣੇ ਆਪਣੇ ਰੱਖ ਲਓ ਕਾਜੀ ਨਾਈ ਬਣ ਗਿਆ ਤੇ ਉਹ ਬਲੀਆ ਆਦ ਨਹੀਂ ਸੋਦੀ ਵਾਲਾ ਉਹਦੇ ਨਾਲ ਬੇਟਾ ਇਹਦਾ ਸ਼ਾਵਰ ਡੇ ਗਿਆ ਇਹਦੇ ਨਾਲ ਸਦਰ ਬਣ ਗਿਆ ਤੇ ਨਾਈ ਵੀ ਸੀਗਾ ਤੇ ਦੂਸਰੇ ਮੁਲਕ ਵਾਲੇ ਨੇ ਦੌਰੇ ਵਾਸਤੇ ਬੁਲਾਇਆ ਕਹਿੰਦਾ ਮੈਂ ਅੱਜ ਨਹੀਂ ਆਉਣਾ ਮੈਂ ਦੂਲਾ ਤਿਆਰ ਕਰਨਾ ਜੇਬ ਚ ਨੇਰ ਨਾ ਕੱਢ ਕੇ ਨਾਲੇ ਨੌਕਰ ਡਾਲਰਾਂ ਦਾ ਕੀ ਕਰਨਾ
ਚੈੱਕ ਕਰ ਲੋ ਨਾਈ ਸੀਗਾ ਸਾਹ ਜੀ ਸਦਰ ਬਣ ਗਿਆ ਤੇ ਇੱਕ ਦੌਰੇ ਤੇ ਗਿਆ ਤੇ ਉਹਦੇ ਸਦਰ ਦੇ ਵਜ਼ੀਰ ਆਜ਼ਮ ਮੁਲਕ ਦੇ ਵਜ਼ੀਰ ਆਜ਼ਮ ਨੂੰ ਪੁੱਛਣ ਦਿਆ ਉਹ ਤੁਹਾਡੇ ਮੁੰਡੇ ਦਾ ਵਿਆਹ ਬੇਦੇ ਕਿਹਨੂੰ ਦੇਣੀ ਹੈ ਸਦਰ ਬਣ ਗਿਆ ਤੇ ਉੱਥੇ ਮੁਸ਼ਤਰਕਾ ਕਾਨਫਰੰਸ ਕਰਨ ਦਿਆ ਉਧਰ ਦੇਗਾਂ ਖੜਕਣ ਦੀਆਂ ਉਧਰ ਦੇਖਣ ਲੱਗ ਪਿਆ ਜਰਮਨੀ ਦਾ ਸਦਰ ਆਇਆ ਤੇ ਉਹਨੂੰ ਇੰਜ ਮਿਲਦੇ ਕਹਿੰਦਾ ਕਿਹਦੇ ਕੋਲੋਂ ਪਟਾਏ ਚਲੋ ਚੱਲ ਕੋਈ ਗੱਲ ਯਾਰ ਏਦਾਂ ਕਰੋ 5000 ਦੀ ਮਿਹਨਤ ਕਰ ਰਿਹਾ ਵਿਚਾਰਾ ਯਾਰ ਚਲੋ ਜੀ ਨਾਈ ਸੀ ਸਦਰ ਬਣ ਗਿਆ ਤੇ ਦੂਸਰੇ ਤੋਰੇ ਤੇ ਗਿਆ ਮੁਲਕ ਤੇ ਉਹਦੇ ਸਦਰ ਦੇ ਟੈਟੂ ਬਣਿਆ ਕਹਿੰਦਾ ਟੱਕ ਲਗਾ ਦੇ ਨਾਈ ਸੀ ਤੇ ਸਦਰ ਬਣ ਗਿਆ ਦੂਸਰੇ ਮੁਲਕ ਦਾ ਸਦਰ ਆਇਆ ਤੇ ਇਹਨੇ ਕਿਸੇ ਵਜ਼ੀਰ ਨੂੰ ਭੇਜਿਆ ਉਹ ਕਹਿੰਦਾ ਜਾ ਉਸਤਾਦ ਨੂੰ ਭੇਜ ਉਹਦਾ ਹੱਥ ਸਹੀ ਯਾਰ ਸਾਊਦੀ ਅਰਬ ਦਾ ਸਦਰ ਆਇਆ ਤੇ ਉਹਨੂੰ ਸਿੱਧਾ ਹੀ ਬੈਗ ਨਾ ਉਹਨੇ ਪਹਿਲੇ ਉਹ ਮੁਸਾਫਾ ਨੀ ਕਰਦੇ ਮੁਸਾਫਾ ਕਰਕੇ ਉਸ ਤੋਂ ਬਾਅਦ ਉਹ ਕਹਿ ਰਿਹਾ ਉਹ ਯਾਰ ਕੈਂਚੀ ਫੜਾਈ ਤੂੰ ਸਲਾਹ ਕਰਕੇ ਹੁੰਦੇ ਆ ਵੀ ਮੈਂ ਜੋ ਵੀ ਕਹਾਂ ਤੂੰ ਲੇਟ ਜਾਣਾ ਪੱਖਾ ਨਹੀਂ ਸੀ ਘੁੰਮਦਾ ਤੇ ਆਪ ਬੂਟੀ ਪੀ ਕੇ ਅੱਗੇ ਬਹਿ ਜਾਂਦੇ ਘੁੰਗਰੂ ਬੰਨੇ ਨਾਲ ਸ਼ੇਵ ਛਨ 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 ਸਾਰੇ ਆਪਣੇ ਡਾਕੂਮੈਂਟ ਚੁੱਕੇ ਆ ਬਾਹਰ ਦੇ ਮੁਲਕ ਦੌਰੇ ਤੇ ਜਾਣਾ ਸੀ ਆਪਣੇ ਉਹ ਲੱਕੜ ਦੇ ਸੰਦੂਕ ਚ ਰੱਖ ਕੇ ਜਾਣ ਨਾਈ ਬਣੇ ਦਾ ਕੰਮ ਨੀ ਸੀ ਜ਼ਿਆਦਾ ਤੇ ਉਸਰਾ ਦਮ ਕਰਾ ਕੇ ਲਟਕਾਇਆ ਗਲੇ ਨਾਲ ਦੇ ਮੁਲਕਾਂ ਵਾਲੇ ਹਮਸਾਏ ਆ ਹੀ ਜਾਂਦੇ ਕੁਛ ਐਸ਼ੂ ਮੰਗਣ ਤੇ ਇਹਦੇ ਕੋਲ ਜਦੋਂ ਸਦਰ ਆਣਾ ਦੂਸਰੇ ਮੁਲਕ ਦਾ ਉਹਨੇ ਕਹਿਣਾ ਯਾਰ ਦੂਸਰੇ ਬਲੇਟ ਦੇ ਦੇ ਜਿਹੜੇ ਲੱਗੇ ਇੰਨਾ ਕਮਜ਼ੋਰ ਹੋ ਗਿਆ ਵਾ ਮਠੇਈ ਵਾਲੀ ਦੁਕਾਨ ਤੋਂ ਇੱਕ ਰਸਗੁੱਲਾ ਲਿਆ ਤੇ ਕਹਿੰਦਾ ਮੇਰੇ ਮੋਢੇ ਤੇ ਰਖਾ ਦੋ ਇੰਨਾ ਕਮਜ਼ੋਰ ਦੋ ਮੱਛਰ ਇਹਨੂੰ ਲੱਤਾਂ ਬਾਹਾਂ ਤੋਂ ਫੜ ਕੇ ਆਇਆ ਝੂਠੇ ਤੇ ਮੈਂ ਕਿਹਾ ਤੂੰ ਵੇਖ ਲਾ ਕਿ ਮੇਰਾ ਇਕੱਲੇ ਦਾ ਨੀ ਕੰਮ ਹੈਗਾ ਮੁਸ਼ਤਰਕਾ ਸਾਰੇ ਫਿਟੇ ਮੂੰਹ ਕਹਿ ਰਹੇ ਅੱਧੀ ਡੱਬੀ ਸਿਗਰਟਾਂ ਦੀ ਲੈ ਕੇ ਆ ਤੇ ਦੋ ਫੇਰੀਆਂ ਚ ਲੈ ਕੇ ਮਾਮਾ ਮੋਬਾਈਲ ਤੇ ਭਾਰਾ ਹੁੰਦਾ ਨਾ ਇਹ ਵੀ ਨਾਈ ਬਣ ਗਿਆ ਇੱਕ ਜਗ੍ਹਾ ਤੇ ਜਲਸਾ ਕਰਕੇ ਉੱਥੇ ਤੋਲੀਏ ਬਣ ਦਿੰਦੇ ਆ ਬਈ ਵਾਹ ਬਈ ਵਾਹ ਬਈ ਵਾਹ ਬੋਲਿਆ ਵੀ ਬੋਲਿਆ ਮੈਂ ਕਿਹਾ ਨਾਈ ਬਣਾ ਦੋ ਇੱਡਾ ਕਮਜ਼ੋਰ ਇਹਨੇ ਨਸਵਾਰ ਰੱਖੀ ਬਾਦੀ ਪੈ ਗਈ ਭਾਰ ਮੁੱਛਾਂ ਕਟਾਤੀਆਂ ਕਹਿੰਦਾ ਮੇਰੇ ਬੁੱਲਾਂ ਨੂੰ ਖੱਲੀਆਂ ਪੈ ਜਾਂਦੀਆਂ ਨਹੀਂ ਨਹੀਂ ਮੁੱਛਾਂ ਕਟਾਉਣ ਗਿਆ ਨਾ ਇੱਡਾ ਕਮਜ਼ੋਰ ਆ ਨਾਈ ਨੇ ਇੰਜ ਕਰਕੇ ਨਾ ਤੇ ਇੰਜ ਕਰਕੇ ਮੁੱਛ ਕੱਟੀ ਆ ਭਾਰ ਲੱਥਾ ਤੇ ਇੰਜ ਭੱਜਾ ਪਿੱਛੇ ਕਸਮੇ ਵੀ ਇੰਨਾ ਕਮਜ਼ੋਰ ਆ ਐਸ ਐਰ ਤੋਂ ਬੁਰਸ਼ ਕਰਾਂਦਾ ਇਹਨੂੰ ਫਾਲਜ ਹੋ ਗਿਆ ਦਰਵਾਜ਼ਾ ਖੋਲ ਕੇ ਦਰਵਾਜ਼ਾ ਬੰਦਰ ਆ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਬਾਹਰ ਚੂਚੇ ਫਿਰਨ ਦੇ
कमजोर आ दूश नहीं होया इना कमजोर आ किन्ने ही कमजोर खाले तू इनू कह रहे यार कुछ कुछ तो खाया पिया तो यार की गल है अपने आप न तू कह मरे ऐदा कहो मैनू दानिश भाई नाई हुंदा सी सदर बन गया ते एयरपोर्ट ते चला चाइना दे दौरे ते ते कंगियां निकलन दियां अच्छा इन्ना कमजोर आ उस्ताद जी ए बुरश करदा होवे पता किद्दां करदा नाल घूम जांदा वा ए ऐ करदा ते ऐ हो जांदा फिर ऐ करदा ते ऐ हो जांदा सारा बुरश इंज करदा धक्के नाल ऐ हो जांदा इन्ना दानिश इन्ना दानिश इन्ना ताकतवर आ इनू हेडमास्टर कुट्टन दे आ ते ओनू कहंदे आ नहीं लगता आप उनको नहीं लगता जमीन तो उत्ते हो गया हाथ ना भाई इंज किया चुकया गया फुट कमजोर नेट दी स्पीड तेज आई इहनू चक्कर आ गया चुप कर जा दबके ना मारो इतवार बजारो इतवार निजा ट्रैक्टर का पैर ना ही चुपड़े मेरी तौल वाल पै गया दानिश नूं भाई जीरो वाले आन के कहंदे आपको कैसा लग रहा है कहने लगना की ये बूटी पीती बड़ा मजा जियो जियो वाले ये भी बड़ा जाहल बंदा है वो चैनल वाली गाड़ी नहीं होती जेड़े ते वड्डा तवा ए लगा ओनु देख के कही ओए पठाना दी रोटियां आंदियां समा न्यू दा दी गड्डी है उन्होंने कहता ਤੁਹਾਡੇ ਕੋਲ ਰਿਮੋਟ ਹੈਗੇ ਟੀਵੀ ਦੇ मंडी का भी काम करता सवेरे सवेरे बैंक चो कैश की गड्डी भरनी उत्ते आलू सुट के मंडी चले जाए केले वाले लुंगर रखे जाते हां मैं 5000 का की करना पंख लाया लिखण आला मिर्ज़ा गालिब टाइप गजल लिखनी गर्दन आला मिसरा पाना ਗਰਦਨ ਵਾਲਾ ਮਿਸਰਾ ਇਹਦੇ ਸ਼ਾਇਰ ਸੀ ਤੇ ਇੱਕ ਸਾਈ ਬਣ ਗਿਆ ਇੱਕ ਬੰਦੇ ਨੂੰ ਗਜ਼ਲ ਲਿਖ ਕੇ ਦਿੱਤੀ ਤੇ ਉਹ ਕਹਿੰਦਾ ਕੁਛ ਨਜ਼ਰ ਤੇ ਆ ਰਹੇ ਜਿਹੜਾ ਉੱਤੇ ਚਾਂਦੀ ਦਾ ਵਰਕਾ ਲਾ ਅਮਦਤ ਵੀ ਭਾਈ ਸ਼ਾਇਰ ਹੁੰਦਾ ਸੀ ਇੱਕ ਸਾਈ ਬਣ ਗਿਆ ਤੇ ਗਜ਼ਲਾਂ
ਭਾਈ ਲਿਖ ਕੇ ਉਹ ਛੁੜੀਆਂ ਚ ਟੰਗੀਆਂ ਤਾਂ ਉਹ ਜਿਹੜਾ ਗੋਸ਼ਤ ਟੰਗਿਆ ਹੁੰਦਾ ਦਾਜੀ ਇੱਕ ਸ਼ਹਿਰ ਸੀ ਤੇ ਕਸਾਈ ਬਣ ਗਿਆ ਤੇ ਇੱਕ ਬੰਦਾ ਗੋਸ਼ਤ ਲੈਣ ਆਇਆ ਕਹਿੰਦਾ ਅੱਧਾ ਕਿਲੋ ਗੋਸ਼ਤ ਕਰ ਦੋ ਕਹਿੰਦਾ ਅੱਧਾ ਕਿਲੋ ਗੋਸ਼ਤ ਮੇਂ ਕਿਆ ਨਾ ਤਾਕਤ ਹੈ ਕਦੀ ਕਿਲੋ ਵੀ ਲੈ ਲਿਆ ਕਰ ਅੱਛਾ ਉਰਦੂ ਚ ਅੱਧਾ ਕਿਲੋ ਗੋਸ਼ਤ ਮੇਂ ਕਿਆ ਨਾ ਤਾਕਤ ਹੈ ਇੱਕ ਬੰਦਾ ਆਇਆ ਕਹਿੰਦਾ ਯਾਰ ਮੈਨੂੰ ਕੋਈ ਗਜ਼ਲ ਹੀ ਲਿਖ ਦੇ ਇੱਕ ਬੰਦਾ ਆਇਆ ਕਹਿੰਦਾ ਯਾਰ ਮੈਨੂੰ ਕੋਈ ਗਜ਼ਲ ਹੀ ਲਿਖ ਦੇ ਤੇ ਉਹਨੂੰ ਪੁੱਛਣ ਦੇ ਸ਼ੇਰ ਕਿੱਡਾ ਕਿੱਡਾ ਰੱਖਣਾ ਸ਼ਾਇਰ ਸੀ ਤੇ ਸ਼ਾਇਰ ਬਣ ਗਿਆ ਇੱਕ ਬੰਦੇ ਨੇ ਗਜ਼ਲ ਲਿਖਾਣੀ ਸੀ ਤੇ ਪਹਿਲੇ ਪੱਥਰ ਤੇ ਪੈਨਸਲ ਤੇਜ਼ ਕਰ ਅੱਛਾ ਸ਼ਹਿਰ ਤੇ ਗੋਸ਼ਤ ਪਿਆ ਇੱਕ ਬੰਦਾ ਆਇਆ ਤੇ ਕਹਿੰਦਾ ਯਾਰ ਅੱਧਾ ਕਿਲੋ ਗੋਸ਼ਤ ਦੇ ਤੇ ਕਹਿੰਦਾ ਯਾਰ ਅੱਧਾ ਕਿਲੋ ਰਹਿਣ ਦੇ ਆ ਪੂਰਾ ਮਜਮੂਆ ਤੋਲਦਾ ਜਿਹੜਾ ਕਾਫੀ ਹਰਦੀਫ ਹੁੰਦਾ ਨਾ ਉਹ ਹੁੰਦਾ ਵਾ ਸੋਰੀ ਜਿਹਦੇ ਚ ਆਪਣਾ ਨਾਂ ਹੁੰਦਾ ਉਹਨੂੰ ਕੀ ਕਹਿੰਦੇ ਨੇ ਮਖਤਾ ਉਹਦੇ ਚ ਆਪਣਾ ਨਾਂ ਹੁੰਦਾ ਨਾ ਤੇ ਸ਼ਾਇਰ ਸੀ ਤੇ ਕਸਾਈ ਬਣ ਗਿਆ ਤੇ ਗਾਹਕ ਆਇਆ ਤੇ ਪਿੱਛੋਂ ਇੱਕ ਛਾਪਰ ਨਾ ਜਿਹੜਾ ਉਹਨੇ ਆਪਣੇ ਵਾਸਤੇ ਰੱਖਿਆ ਸੀ ਕਹਿੰਦਾ ਯਾਰ ਆਇਆ ਤੇ ਦੇ ਦੇ ਮੈਨੂੰ ਕਹਿੰਦਾ ਨਹੀਂ ਯਾਰ ਇਹ ਮਖਤਾ ਵਾ ਸ਼ਾਇਰ ਸੀ ਤੇ ਕਸਾਈ ਬਣ ਗਿਆ ਤੇ ਮੁੰਡੀ ਤੇ ਗੁਲਦਾਨ ਰੱਖਿਆ ਵਿੱਚ ਫੁੱਲ ਰੱਖੇ ਫੁੱਲ ਰੱਖੇ ਸ਼ਾਇਰ ਸੀ ਤੇ ਕਸਾਈ ਬਣ ਗਿਆ ਗਜ਼ਲ ਲਿਖ ਕੇ ਉੱਤੋਂ ਮੱਖੀਆਂ ਜਾ ਰਹਿੰਦਾ ਇਹ ਵੀ ਕਸਾਈ ਸੀ ਤੇ ਸ਼ਾਇਰ ਬਣ ਗਿਆ ਕਿਸੇ ਨੇ ਆਣ ਕੇ ਪੁੱਛਿਆ ਭਾਈ ਕਿਸ ਹਿਸਾਬ ਨਾਲ ਗਜ਼ਲ ਸੁਣਾ ਰਿਹਾ ਸਾਨੂੰ ਕਹਿੰਦਾ 550 ਰੁਪਏ ਕਿਲੋ ਆਹੋ ਸ਼ਾਇਰ ਸੀ ਤੇ ਕਸਾਈ ਬਣ ਗਿਆ ਤੇ ਇੱਕ ਗਾਹਕ ਆਇਆ ਕਹਿੰਦਾ ਹਮਕੋ ਰਸਤੇ ਸੇ ਨਾ ਹਟਾਏ ਜ਼ਮਾਨੇ ਵਾਲੇ ਹਮ ਰੋਜ਼ ਮਣ ਗੋਸ਼ਤ ਵੇਚ ਕੇ ਜਾਂਦੇ ਇੱਕ ਬੰਦੇ ਨੇ ਕਿਲੋ ਲੈ ਕੇ ਕਿਲੋ ਫੇਰ ਮੰਗਿਆ ਤੇ ਉਹਨੂੰ ਕਹਿੰਦਾ ਮੁਕਰਰ ਮੁਕਰਰ ਕਹਿੰਦੇ ਕਿਉਂ ਕਹਿੰਦੇ ਆ ਅਰਸ਼ਾਦ ਇਹ ਵੀ ਕਸਾਈ ਤੇ ਸ਼ਾਇਰ ਬਣ ਗਿਆ ਇੱਕ ਬੰਦੇ ਨੇ ਕਿਹਾ ਸਿਰਫ ਪਾਈਆ ਗੋਸ਼ਤ ਚਾਹੀਦਾ ਤੈਨੂੰ ਕਹਿੰਦਾ ਆ ਜਾ ਦੋ ਲੈਣੇ ਲੈ ਕੇ ਜਾਏਂਗੇ ਗਜ਼ਲ ਲਿਖਵਾਈ ਤੇ ਉਹ ਸ਼ਾਮ ਨੂੰ ਆ ਕੇ ਕਹਿੰਦੇ ਯਾਰ ਉਹ ਸਾਰੀ ਤੇਰ ਵੀ ਭਾਤੀ ਸ਼ਾਇਰ ਸੀ ਤੇ ਕਸਾਈ ਬਣ ਗਿਆ ਤੇ ਘਰੋਂ ਜਾ ਰਿਹਾ ਉਧਰ ਇੱਕ ਬੰਦਾ ਕਹਿੰਦਾ ਯਾਰ ਗੱਲ ਤੋਂ ਸੁਣ ਕਹਿੰਦਾ ਨਹੀਂ ਯਾਰ ਮੈਂ ਚਮਿਸਰਾ ਕਰਨਾ ਵਾ ਜਾਂਦੇ ਸੁਬਹ ਸੁਬਹ ਕਹਿੰਦਾ ਮੈਂ ਚਮਿਸਰਾ ਕਰਨਾ ਲਓ ਜੀ ਸ਼ਾਇਰ ਸੀ ਤੇ ਕਸਾਈ ਬਣ ਗਿਆ ਤੇ ਹੁਣ ਇੱਕ ਬੰਦਾ ਇਹਨੂੰ ਖਪਾਈ ਜਾ ਰਿਹਾ ਕਹਿੰਦਾ ਯਾਰ ਇੱਥੋਂ ਆ ਦੇ ਚਲ ਆ ਰਹਿਣ ਦੇ ਇੱਦਾਂ ਕਰ ਦਸਤੀ ਤੋਲ ਦੇ ਇੱਦਾਂ ਕਰ ਆ ਕਰ ਦੇ ਤੇ ਉਹਨੂੰ ਕਹਿੰਦਾ ਯਾਰ ਤੈਨੂੰ ਮਤਲਬ ਕੀ ਹੈ ਉਹ ਕਹਿੰਦਾ ਮਤਲਬ ਅਮਰਨ ਨੂੰ ਦਾ ਹਾਂ ਸ਼ਾਇਰ ਸੀ ਤੇ ਕਸਾਈ ਬਣ ਗਿਆ ਪੈਸੇ ਜਗ੍ਹਾ ਇੱਥੇ ਉਹ ਛੁਰੀ ਟੰਗੀ ਕੰਨ ਤੇ ਫੇਰ ਲੱਥ ਗਿਆ ਇਹ ਵੀ ਕਸਾਈ ਸੀ ਤੇ ਸ਼ਾਇਰ ਬਣ ਗਿਆ ਕੰਨ ਵਾਲਾ ਕਸਾਈ ਕਸਾਈ ਸੀ ਤੇ ਸ਼ਾਇਰ ਬਣ ਗਿਆ ਇੱਕ ਬੰਦੇ ਨੂੰ ਦੋ ਤਿੰਨ ਗਜ਼ਲਾਂ ਲਿਖ ਕੇ ਨੀਲੇ ਛਾਪਰ ਚ ਪਾ ਕੇ ਦੇ ਤੇ ਨੀ ਗਜ਼ਲਾਂ ਲਿਖ ਕੇ ਅਖਬਾਰ ਚ ਲਪੇਟ ਕੇ ਛਾਪਰ ਚ ਪਾ ਕੇ ਦੇ ਦੇਖਿਆ ਆਪਣੀ ਆਪਣੇ ਆਸ਼ੀਆਨੇ ਦੇ ਬਾਹਰ ਲਿਖਿਆ ਜੁਮੇ ਵਾਲੇ ਦਿਨ ਬੜੀ ਗਜ਼ਲ ਲਿਖੀ ਜਾਂਦੀ ਹੈ ਕਸਾਈ ਸੀ ਤੇ ਸ਼ਾਇਰ ਬਣ ਗਿਆ ਇੱਕ ਬੰਦਾ ਕਹਿੰਦਾ ਯਾਰ ਮੈਨੂੰ ਕੋਈ ਗਜ਼ਲ ਹੀ ਲਿਖ ਦੇ ਕਹਿੰਦਾ ਕਿਹੜੀ ਹੱਥ ਵਾਲੀ ਲਿਖਣੀ ਹੱਥ ਵਾਲੀ ਕਿ ਮਸ਼ੀਨ ਵਾਲੀ ਸ਼ਾਇਰ ਸੀ ਤੇ ਕਸਾਈ ਬਣ ਗਿਆ ਤੇ ਬੱਕਰੇ ਤੇ ਗਜ਼ਲ ਲਿਖਤਾ ਕਾਸ਼ ਤੂੰ ਮੇਰੇ ਹੱਥ ਦਾ ਬੱਕਰਾ ਹੋਤਾ ਅੱਛਾ ਉਹਨੂੰ ਸ਼ਾਇਰ ਦਾ ਪਤਾ ਨਹੀਂ ਹੁੰਦਾ ਕੀ ਕੀਤਾ ਚੁੱਪ ਉਹਨੂੰ ਗਜ਼ਲ ਤੇ ਗੀਤ ਦਾ ਪਤਾ ਸੀ ਉਹਨੇ ਕਹਿ ਦਿੱਤਾ ਹੁਣ ਵਿਹਲਾ ਹੋ ਕੇ ਬੈਠਾ ਹੈ ਪਜਾਮਾ ਪਾਇਆ ਹੋਇਆ ਸ਼ਾਇਰ ਵਾਲਾ ਥੱਲੇ ਗੁੱਸਾ ਪਾਇਆ ਸ਼ਾਇਰ ਸੀ ਤੇ ਕਸਾਈ ਬਣ ਗਿਆ ਇੱਕ ਬੰਦਾ ਪਾਵੇ ਲੈਣਾ ਕਹਿੰਦਾ ਇੱਕ ਮਿੰਟ ਜ਼ਰਾ ਸ਼ਾਇਰ ਸੀ ਤੇ ਕਸਾਈ ਬਣ ਗਿਆ ਕਹਿੰਦਾ ਇੱਕ ਮਿੰਟ ਸੁਰਮਾ ਪਾ ਲੈ ਸ਼ਾਇਰ ਸੀ ਤੇ ਕਸਾਈ ਬਣ ਗਿਆ ਕਹਿੰਦਾ ਇੱਕ ਯਾਰ ਪਾਵੇ ਚਾਹੀਦੇ ਕਹਿੰਦਾ ਇੱਕ ਮਿੰਟ ਅਭੀ ਦਿੱਤਾ ਲੋ ਜੀ ਮੈਂ ਨਵਾਂ ਟੋਪਿਕ ਦਿੰਦਾ ਤੁਹਾਨੂੰ ਲੋ ਜੀ ਪਤੰਗਬਾਜ਼ ਸੀ ਤੇ ਸਦਰ ਬਣ ਗਿਆ ਪਤੰਗਬਾਜ਼ ਸੀ ਤੇ ਸਦਰ ਬਣ ਗਿਆ ਤੇ ਪਾਰਲੀਮੈਂਟ ਚ ਬੈਠਾ ਸਾਰਿਆਂ ਨੂੰ ਕਰਾ ਦੇਖੋ ਤੁਣਕਿਆਂ ਦੀ ਸਪੀਡ ਵਧਾਓ ਥੋੜੀ ਮੁਲਕ ਥੱਲੇ ਆ ਰਿਹਾ
ਥੋੜੀ ਤੁਨਕਿਆਂ ਦੀ ਸਪੀਡ ਵਧਾਓ ਤੇ ਜਿੱਧਰ ਦੀ ਵਾਹ ਨਾ ਉਧਰ ਨੂੰ ਖੜੋ ਇਹਨੂੰ ਆਹੋ ਪਤੰਗ ਬਾਸ ਹੀ ਸਾਜੀ ਸਦਰ ਬਣ ਗਿਆ ਤੇ ਪਾਰਲੀਮੈਂਟ 'ਚ ਕਹਿੰਦਾ ਜਾ ਉਧਰੋਂ ਕੰਨੀ ਦੇ ਗਿਆ ਆਹੋ ਕਿਹਨੂੰ ਪਤੰਗ ਬਾਸ ਸਦਰ ਬਣ ਗਿਆ ਇਹ ਵੀ ਤੇ ਨਾਲ ਦੇ ਵਜ਼ੀਰਾਂ ਨੂੰ ਕਹੀ ਜਾਣ ਡਿਆ ਦੇਖੀਆਂ ਉਹਨਾਂ ਦੀਆਂ ਨਾਲ ਦੇ ਮੁਲਕਾਂ ਦੀਆਂ ਕੈਮੀਕਲਾਂ ਆਹੋ ਇਹ ਵੀ ਭਾਈ ਪਤੰਗ ਬਾਸ ਹੀ ਤੇ ਪਾਕਿਸਤਾਨ ਜਹਾਜ਼ ਡਿੱਗ ਗਿਆ ਸਦਰ ਬਣ ਗਿਆ ਤੇ ਕਹਿੰਦੇ ਆ ਲੱਗਦਾ ਕਿਸੇ ਨੇ ਗਾਠੀ ਪਾਈ ਕਹਿੰਦਾ ਯਾਰ ਹਰ ਗੱਲ ਹੁਣ ਠੀਕ ਹੋ ਗਈ ਆ ਬਸ ਮਾਈਸ਼ਤ ਥੋੜੀ ਥੋੜੀ ਕੰਨੀ ਖਾਣ ਦੀ ਉਹ ਵੀ ਠੀਕ ਆਹੋ ਪਤੰਗ ਬਾਸ ਹੀ ਸਦਰ ਬਣ ਗਿਆ ਢਾਈ ਤਾਵੇ ਗੁੱਡਿਆਂ ਦੇ ਕਰਦਾ ਲੈਂਦੇ ਆ ਆਹੋ ਪਤੰਗ ਬਾਸ ਹੀ ਸਦਰ ਬਣ ਗਿਆ ਤੇ ਨਾਲ ਦੇ ਵਜ਼ੀਰਾਂ ਨੂੰ ਕਹੀ ਜਾਣ ਡਿਆ ਦੇਖੋ ਮਲੇਸ਼ੀਆ ਕਿੰਨਾ ਉੱਚਾ ਉੱਡਣ ਡਿਆ ਮਲੇਸ਼ੀਆ ਪਤੰਗ ਬਾਸ ਹੀ ਸਦਰ ਬਣਿਆ ਕਹਿੰਦਾ ਆਈ ਐਮ ਐਫ ਵਾਲਿਆਂ ਕੋਲ ਕਰਦਾ ਨਹੀਂ ਲੈਣਾ ਮੈਂ ਕਿਉਂ ਕਹਿੰਦਾ ਉਹ ਖਿੱਚ ਮਤੀ ਬਹੁਤ ਕਰਦੇ ਪਤੰਗ ਬਾਸ ਸੀਗਾ ਤੇ ਸਦਰ ਬਣ ਗਿਆ ਬ੍ਰਾਜ਼ੀਲ ਦੇ ਦੌਰੇ ਤੇ ਜਾਣਾ ਸੀ ਜੰਗ ਚ ਥੋੜਾ ਜਿਹਾ ਟੋਟਾ ਹਾਰੇ ਤੇ ਨਕਸ਼ੇ ਚ ਚੇਪੀ ਨਾਲ ਦੁਬਾਰਾ ਜੋੜ ਨਕਸ਼ੇ ਚ ਦਾਨਿਸ਼ ਵੀ ਭਾਈ ਪਤੰਗ ਬਾਸ ਹੀ ਸਦਰ ਬਣ ਗਿਆ ਤੇ ਜੰਗਲ ਆਇਆ ਤੇ ਕਹਿੰਦਾ ਲੱਗਦਾ ਮੁਲਕ ਨੂੰ ਕੰਨੀ ਬੰਨ ਲਈ ਪਤੰਗ ਬਾਸ ਹੀ ਤੇ ਸਦਰ ਬਣ ਗਿਆ ਤੇ ਚਾਈਨਾ ਗਿਆ ਉਹਨਾਂ ਦੇ ਮੁਲਕ ਨੂੰ ਖਿੜਕੀ ਲਾਇਆ ਅੱਛਾ ਬਾਰਡਨ ਵਾਲਾ ਸੀਗਾ ਤੇ ਵੱਡੇ ਭਰਾ ਦਾ ਵਿਆਹ ਤੇ ਰੋਟੀ ਖੋਲ ਰਿਹਾ ਜਿੱਧਰ ਲੇਡੀਜ਼ ਹੈ ਤੇ ਜੈਂਟਸ ਹੈ ਨਗਰ ਜਦੋਂ ਦੋਵੇਂ ਰੋਟੀਆਂ ਬੰਦ ਕਰਨੀਆਂ ਸੀ ਕਰਦਾ ਸ਼ਾਇਰ ਬਣ ਗਿਆ ਤੇ ਮਰੀਆਂ ਗਜ਼ਲਾਂ ਲਿਖਣ ਦੇ ਕੇਸ ਚ ਅੰਦਰ ਹੋਇਆ ਮਰੀਆਂ ਗਜ਼ਲਾਂ ਬਿਜਲੀ ਨੀ ਪੂਰੀ ਹੋ ਰਹੀ ਕਹਿੰਦਾ ਉਹ ਡੈਮਾਂ ਨੂੰ ਨਾ ਅਗਲੀ ਅਗਲੀ ਚਲਾਂ ਤੇ ਗੰਢ ਬੰਦ ਇਹਨੂੰ ਕਿਸੇ ਨੇ ਕਿਹਾ ਯਾਰ ਤੇਰਾ ਮੁਲਕ ਛੋਟਾ ਜਿਹਾ ਹੀ ਆ ਤੇ ਉਹ ਵੇਖ ਕਿੱਡਾ ਵੱਡਾ ਮੁਲਕ ਆ ਕਹਿੰਦਾ ਉਹਨਾਂ ਨੇ ਥੱਲੇ ਬੂਝਾ ਬੜਾ ਵੱਡਾ ਰੱਖਿਆ ਸਦਰ ਸੀ ਤੇ ਬਸੰਤ ਵਾਲਾ ਬਣ ਗਿਆ ਬਸੰਤ ਵਾਲਾ ਬਸੰਤ ਪਤੰਗ ਬਾਸ ਤੇ ਸਦਰ ਬਣ ਗਿਆ ਤੇ ਕਿਸੇ ਨੇ ਇਹਨੂੰ ਕਹਿਤਾ ਯਾਰ ਉਹਨਾਂ ਦਾ ਮੁਲਕ ਦੇਖ ਮਾਸ਼ਾਅੱਲਾ ਕਿੱਡਾ ਵੱਡਾ ਵਾ ਤੇ ਤੁਹਾਡਾ ਮੁਲਕ ਕਹਿੰਦਾ ਯਾਰ ਉਹ ਢਾਈ ਤਾਵਾ ਵਾ ਪਤੰਗ ਬਾਸ ਸੀ ਤੇ ਸਦਰ ਬਣ ਗਿਆ ਤੇ ਇੱਕ ਬੰਦਾ ਕਹਿੰਦਾ ਯਾਰ ਮੁਲਕ ਦਿਵਾਲੀ ਆਉਣ ਲੱਗਾ ਤੇ ਨਾ ਬਸ ਤਾਲਾ ਕੋ ਖਿੱਚ ਭੇਜਣ ਲੱਗੀ ਸਾਰੀ ਦਿਹਾੜੀ ਖਲਾਮਾਬਾਦ ਫਿਰਦਾ ਰਹਿੰਦਾ ਡੋਰ ਹਲੇਰੀ ਪਤੰਗ ਬਾਸ ਹੀ ਸਦਰ ਬਣ ਗਿਆ ਅਸੈਂਬਲੀ ਚ ਸਭ ਨੂੰ ਬੋਰੇ ਲਿਆ ਕੇ ਦਿੱਤੇ ਚਲੋ ਸਾਰਾ ਦਿਨ ਬੈਠੇ ਗਿੱਛਾ ਕਰੋ ਪਤੰਗ ਬਾਸ ਹੀ ਸਦਰ ਬਣ ਗਿਆ ਤੇ ਡੋਲਫਨ ਵਾਲਿਆਂ ਨੇ ਫੜਿਆ ਡੋਰ ਦੇ ਕੇ ਪਤੰਗ ਬਾਸ ਹੀ ਸਦਰ ਬਣ ਗਿਆ ਤੇ ਪੌੜੀ ਚੱਕੀ ਫੇਰੇ ਮੁਹੱਲਿਆਂ ਚ ਬੁੱਢਾ ਲੁੱਟਣ ਬਾਸ ਇਹ ਵੀ ਪਤੰਗ ਬਾਸ ਹੀ ਸਦਰ ਬਣ ਗਿਆ ਚਾਈਨਾ ਦੇ ਦੌਰੇ ਤੇ ਚੱਲਾ ਤੇ ਕਹਿੰਦਾ ਮੈਂ ਚਾਈਨਾ ਦੇ ਗੁੰਝਲ ਕੱਟਣ ਚੱਲ ਪਤੰਗ ਬਾਸ ਹੀ ਤੇ ਸਦਰ ਬਣ ਗਿਆ ਤੇ ਬਸੰਤ ਦੀ ਛੁੱਟੀ ਰੱਖੀ ਪਤੰਗ ਬਾਸ ਹੀ ਸਦਰ ਬਣ ਗਿਆ ਅਮੈਰੀਕਾ ਨੂੰ ਫੋਨ ਕਰਕੇ ਕਹਿੰਦਾ ਤੁਸੀਂ ਐਤਕੀ ਸਾਨੂੰ ਹੱਥ ਫੇਰਤਾ ਅੰਨੇ ਦੇ ਨਕਸ਼ੇ ਕਦਮ ਤੇ ਚੱਲਿਆ ਹੁੰਦਾ ਕਿਆ ਬਾਤ ਹੈ ਚਾਕੂ ਨਾ ਘੁੰਡ ਚੁੱਕਿਆ ਹੁੰਦਾ ਇਹਨੇ ਦੇਖੀ ਹੁਣ ਵਾਈਟ ਰੱਖਣਾ ਚੂਚੇ ਦਾ ਮਰੇ ਚਾਹ ਨਾਲ ਤੂੜੀ ਰੱਖੀ ਹੁੰਦੀ ਕਿਆ ਬਾਤ ਸੱਸ ਨਾਲ ਮੁੱਕਾ ਰੱਖਿਆ ਸੱਸ ਨਾਲ ਮੁੱਕਾ ਰੱਖਿਆ
ਸੱਸ ਨਾਲ ਪ੍ਰਾਇਆ ਕੀਤਾ ਹੁੰਦਾ ਛੰਡੀ ਨਾਲ ਬਾਰੀ ਖੋਲੀ ਹੁੰਦੀ ਇੰਟਰਨੈਟ ਕੈਫੇ ਜਾ ਕਹਿੰਦਾ ਕੈਫੇ ਬਿਸਕੁਟ ਦਾ ਬੰਡਲ ਦੇ ਦੇ ਮੁਬਾਰਕਬਾਦ ਹੀ ਦਿੱਤੀ ਯਾਰ ਇਮਲੀ ਮੁਬਾਰਕਬਾਦ ਦਿੱਤੀ ਬੇਟੇ ਦੀ ਯਾਰ ਯਾਰ ਮੁਦੱਸਰ ਤੇ ਘਰ ਬੇਟਾ ਰਸਗੁੱਲਾ ਵਾ ਸਾਰੇ ਨੂੰ ਕਹਿੰਦਾ ਇਹਨੂੰ ਚੱਟੀ ਜਾਓ ਪੂਰੇ ਮੁਲਕ ਨੂੰ ਅੱਗੇ ਸਿਰ ਕੀਤਾ ਵਾ ਇਹਨੇ ਪੇਂਡੂ ਵੀ ਸੀਗਾ ਚੰਦ ਤੇ ਜਾਣਾ ਸੀ ਵਰਦੀ ਚੰਦ ਵਾਲੀ ਪਾਈ ਤੇ ਉੱਤੋਂ ਲੋਈ ਲਪੇਟੀ ਸਾਇੰਸਦਾਨ ਸੀ ਚੰਨ ਵਾਲੀ ਵਰਦੀ ਪਾਈ ਤੇ ਮੁਰਤਬਾਨ ਚੱਕਿਆ ਚਾਰ ਸਾਇੰਸਦਾਨ ਸੀ ਉੱਪਰੋਂ ਪੂਰੀ ਚੰਦ ਵਾਲੀ ਵਰਦੀ ਪਾ ਕੇ ਥੱਲੇ ਖੇੜੀ ਪਾਈ ਪਿਛੋਰੀ ਚੱਪਲ ਪਾ ਕੇ ਰਾਕਟ ਤੇ ਚੜ ਰਹੇ ਸਾਇੰਸਦਾਨ ਸੀਗਾ ਤੇ ਭਾਈ ਪੇਂਡੂ ਸੀਗਾ ਤੇ ਆਪਣੀ ਸ਼ਟਲ ਚੰਦ ਵਾਲੀ ਤੇ ਲਿਖਾਇਆ ਮਲੰਗਣੀ ਆਈਨਸਟਾਈਨ ਮਲੰਗਣੀ ਆਈਨਸਟਾਈਨ ਪੇਂਡੂ ਵੀ ਸੀਗਾ ਚੰਦ ਦੇ ਚੱਲਾਂ ਦੇ ਨਾਲ ਗੰਨੇ ਵੀ ਰੱਖੇ ਸ਼ਟਲ ਦੇ ਵਿੱਚ ਗੰਨੇ ਵਾਲੇ ਤੇ ਨਾਲ ਥੱਲੇ ਪੱਠੇ ਇਕੱਠੇ ਕੀਤੇ ਥੋੜੇ ਜਿਹੇ ਇਹ ਵੀ ਭਾਈ ਸਾਇੰਸਦਾਨ ਸੀ ਰੱਖੇ ਵਾਲੇ ਨੂੰ ਕਹਿੰਦਾ ਜਾਣਾ ਕਹਿੰਦਾ ਕਿੱਥੇ ਜਾਣਾ ਕਹਿੰਦਾ ਮੈਂ ਜਾਣਾ ਨੀ ਮੈਂ ਪਿੱਛੇ ਬਹਿ ਕੇ ਤਜਰਬਾ ਕਰਨਾ ਕਹਿੰਦਾ ਮੈਂ ਤਜਰਬਾ ਕਰਨਾ ਸੀ ਕਿ ਤੂੰ ਮੇਰੇ ਕਹਿਣ ਤੇ ਜਾਣਾ ਕਿ ਨਹੀਂ ਸਾਇੰਸਦਾਨ ਸੀਗਾ ਤੇ ਚੰਨ ਤੋਂ ਵਾਪਸ ਆ ਕੇ ਇੱਥੇ ਲੋਕਾਂ ਨੂੰ ਗੱਲ ਸੁਣਾਉਂਦਾ ਕਹਿੰਦਾ ਚਿੱਬਾ ਰੋਡ ਵਾਲੇ ਹਿਸਾਬ ਚਿੱਬਾ ਰੋਡ ਦੇਖਿਓ ਉਹ ਸੋਚ ਸਮਝ ਕੇ ਚਵਾਲ ਮਾਰ ਬਦਮਾਸ਼ ਸੀ ਤੇ ਦੋ ਅੱਖਰ ਵਾਲਾ ਗੁੱਡਾ ਤੇ ਉਹਦੀਆਂ ਅੱਖਾਂ ਅੰਜ ਕਰਾਈਆਂ ਬਦਮਾਸ਼ ਤੇ ਦੋ ਅੱਖਾਂ ਵਾਲੇ ਗੁੱਡੇ ਨੂੰ ਕਹੀ ਅੱਖਾਂ ਨੀ ਦੋ ਅੱਖਰੀ ਗੁੱਡਾ ਲੈ ਰਿਹਾ ਤੇ ਉਹ ਕੱਟ ਹੋਇਆ ਕਹਿੰਦਾ ਇਹਨੂੰ ਦੇਖਦਾ ਨੀ ਇੰਨਾ ਗੁੱਡਾ ਲਿਆ ਇਹਨੇ ਦੋ ਅੱਖਰੀ ਗੁੱਡਾ ਲਿਆਂਦਾ ਉਹਦੀ ਇੱਕ ਅੱਖ ਤੋਂ ਪਾੜ ਗਿਆ ਤੇ ਉਹਦੇ ਅੱਗੇ ਹਰੀ ਟਾਕੀ ਬੰਨੀ ਦੋ ਅੱਖਾਂ ਵਾਲਾ ਗੁੱਡਾ ਲਿਆ ਤੇ ਨਾਲ ਲਤੀਫ ਸੁਰਮਾ ਚੱਕੇ ਹੋਏ ਕੁੱਤੇ ਦਾ ਪੈਰ ਮੇਰੇ ਤੇ ਕਹੀ ਹੋਵੇ ਕੋਈ ਨੀ ਆਪ ਹੀ ਕੋਈ ਨੀ ਆਪ ਹੀ ਆ ਇੱਕ ਇਹਨੇ ਕੁੱਤੇ ਦਾ ਪੈਰ ਮੇਰੇ ਤਾਂ ਉਹ ਗੁੱਸੇ ਹੁੰਦੇ ਤੇ ਪਿਆਰ ਨਾਲ ਉਹਦੀ ਪੂਛਲ ਚੂਸ ਲੱਗਦੀ ਯਾਰ ਮੈਂ ਟੀ ਟਾਈਮ ਚ ਗੱਲ ਸੁਣਾਈ ਸੀ ਤੈਨੂੰ ਹੁਣ ਫੇਰ ਸੁਣਾਵਾਂ ਆ ਤੇ ਮੈਰ ਅਸੀਂ ਲਾਹੌਰ ਚਲੇ ਗਏ ਤੇ ਉਹਦੇ ਅਸੀਂ ਇੱਕ ਦੋਸਤ ਦੇ ਘਰ ਸੁੱਤੇ ਤੇ ਉਹਨਾਂ ਦੇ ਬਾਹਰ ਨਾ ਤੋਤਾ ਸੀ ਤੇ ਨਾ ਉਹ ਨਾ ਇਹਨਾਂ ਨੂੰ ਸਵੇਰੇ ਸਵੇਰੇ ਵਾਸ਼ਰੂਮ ਜਾਣਾ ਸੀ ਤੇ ਬਾਹਰ ਆਏ ਤੇ ਨਾ ਤੋਤਾ ਕਹਿੰਦਾ ਮੈਰ ਤੋਤਾ ਕਦਮ ਕਹਿੰਦਾ ਉਹ ਨਜ਼ਰ ਨੀ ਆ ਰਿਹਾ ਉੱਥੇ ਕੱਪੜਾ ਵਾ ਤੇ ਕਹਿੰਦਾ ਕੌਣ ਤੇ ਕਹਿੰਦਾ ਕੋਈ ਨੀ ਬਾਜੀ ਮੈਂ ਆਪ ਹੀ ਬਹੁਤ ਨਿਜ਼ਾਮ ਖਰਾਬ ਹੋਇਆ ਵਾ ਤੇ ਮੈਰ ਨੇ ਦੋ ਕਦਮ ਹੀ ਰੱਖੇ ਤੇ ਤੋਤੇ ਨੇ ਫੇਰ ਕਹਿਤਾ ਉਹਦੀ ਬਾਤ ਬਿਲਕੁਲ ਬੁੱਢੀ ਕਰਕੇ ਕਰਦਾ ਇਸਲਾਮਾਬਾਦ ਆਪਾਂ ਨੂੰ ਫਾਰਮ ਹਾਊਸ ਉਹਨਾਂ ਨੇ ਰੱਖਿਆ ਸੀ ਨਿੱਕਰ ਪਾਈ ਤੋਰਾ ਹੀ ਅੱਗੇ ਗਿਆ ਪਿੱਛੇ ਮੈਂ ਤੇ ਅੱਗੋਂ ਚਾਰ ਕੁੱਤੇ ਭਾਈ ਮੁਦੱਸਰ ਟੈਪ ਚੰਗੇ ਪਿੱਛੇ ਹਾਂ ਤੇ ਹੁਣ ਦੋ ਇੱਧਰ ਖਲੋਤੇ ਦੋ ਇੱਧਰ ਖਲੋਤੇ ਤੇ ਮੈਂ ਤੇ ਭਾਈ ਫੈਸਲੇ ਤਾਂ ਦੇਖਣ ਨੇ ਉਹ ਮੇਰੇ ਵੱਲ ਮੈਂ ਆ ਗਿਆ ਤੇ ਮਾੜੀ ਜੀ ਧੋਣ ਹਲਾਈ ਤੇ ਬਾਈ ਫੈਸਲ ਅੰਦਰ
अच्छा जिवें नहीं हुंदा वी ओ जी पार्लर वाला सी ते दर्जी बन गया, दर्जी सी ते सदर बन गया, ओह जे मौजू बड़ा प्यारा फिक्का करदा ही पाजी, बांदर सी ते कुत्ता बन गया अपने अबू ईद मिल के इन्ना कुटिया उल्टी निकल अजी तू भाई आया वा फीम खा के ओहदे नाल जुड़िया भाई अंडरटेकर नू चैलेंज कीता, ओ दूर खलो के इंज करन दिया, कहिंदा ओए अंडरटेकर ते आ जा उठे खलोता तू नहीं ओदा ही इंडरटेकर नूं इहने चैलेंज करता, ओह आ गया कहिंदा मैं लड़ना नहीं शागिर्द होना आया अंडरटेकर आया ते ओह ना संदूक लाया, कहिंदा की महीना रहना आया महीने बाद मैं फोन कर दिया, मैं यार बड़ा अफसोस हो तेरे को फोन हो गया, मैं यार तो महीना हो गया, कहना आहो यार मैं पैकेज अज किया टाइम अच्छा गुजरेगा चादर चढ़ाऊंगा
ਇਹਦੇ ਵੀ ਅੰਡਰਟੇਕਣ ਦਾ ਕੁਛ ਤੋਂ ਉਹਨੇ ਪਹਿਲੀ ਚਪੇੜ ਮਾਰੀ ਤੇ ਉਹਨੂੰ ਕਹੀ ਦਾ ਇਹਨਾਂ ਨੇ ਲੜਾਇਆ ਤੇ ਮੈਂ ਤੈਨੂੰ ਭਰਾ ਸਮਝ ਲਿਆ ਨਾਮ ਤੇ ਯਾਹੀਆ ਬੜਾ ਅੱਛਾ ਵਾ ਲੇਕਿਨ ਉਹ ਇੱਕ ਸਟਾਈਲ ਵੀ ਹੁੰਦਾ ਨਾ ਹੁਣ ਨਿਕਲ ਜਾ ਬੰਦੇ ਨੂੰ ਬੰਦਾ ਯਾਹੀਆ ਨਾ ਕਰ ਅਜੀਬ ਜਿਹਾ ਲੱਗਦਾ ਨਾ ਇਹ ਸਿਆਣੇ ਬੰਦੇ ਯਾਹੀਆ ਨਾਮ ਉਹਦਾ ਸਿਆਣੇ ਬੰਦੇ ਜ਼ਿਹਨ ਚ ਹੁੰਦੇ ਜਿੱਦਾਂ ਬਸ਼ੀਰ ਤੁਫਾਰ ਤੁਫੈਲ ਇਹ ਨਾਮ ਤੇ ਮਾਸ਼ਾਅੱਲਾ ਬੜੇ ਨੇ ਬੜੇ ਅੱਛੇ ਨਾਮ ਨੇ ਬੜੇ ਪਿਆਰ ਵਾਲੇ ਲੇਕਿਨ ਅੱਜ ਕੱਲ ਤੂੰ ਨੀ ਤੈਨੂੰ ਨੀ ਕਿਸੇ ਨੂੰ ਮਸ਼ਰਾ ਤੇ ਜਦ ਅੱਜ ਕੱਲ ਲੋਕੀ ਰੱਖਦੇ ਨਿੱਕੇ ਨਿੱਕੇ ਨਾਮ ਸਾਈਨ ਨਹੀਂ ਕੋਈ ਨੂੰ ਮੈਂ ਵੀ ਇਹਦੇ ਤਰ੍ਹਾਂ ਹੀ ਆਪਣੀ ਮੈਂ ਬੇਟੀ ਦਾ ਨਾਮ ਹਲੀਮਾ ਰੱਖਿਆ ਹਲੀਮਾ ਮਾਸ਼ਾਅੱਲਾ ਮਠਿਆਈ ਨੀ ਲੈ ਗਿਆ ਸ਼ਗਨ ਸ਼ੁਗਨ ਦਾ ਘਰ ਤੂੰ ਠੀਕ ਆ ਆਪਣਾ ਪੈਰ ਨੀ ਤੇ ਕਹਿੰਦੇ ਹੁੰਦਾ ਕੌਣ ਤੇਰੇ ਵਰਗੇ ਬੰਦੇ ਤੁਰੇ ਜਾਂਦੇ ਚਮਚੜੀ ਵੱਜ ਜਾਂਦੀ ਆ ਢੱਕਣ ਤੇ ਛਾਪਰ ਪਸਾ ਕੇ ਟੈਂਕੀ ਚੋ ਜਾ ਰਿਹਾ ਭਾਈ ਹੈਵੀ ਬਾਈਕ ਤੇ ਅੱਗੇ ਪਾਈਆ ਦਈ ਹੈਂਡਲ ਤੈਨੂੰ ਜੁਗਤਾਂ ਕੱਠੀਆਂ ਪੈ ਜਾਣਾ ਕਹਿ ਲਾ ਪਤਾ ਕਰ ਲੋ ਮੇਰੇ ਅੱਬੂ ਨੀ ਲੈ ਯਾਰ ਚੱਲ ਯਾਰ ਲੋਕ ਮਾਸ਼ਾਅੱਲਾ ਨਾਲ ਡੰਡੀ ਵਾਲਾ ਆਂਡਾ ਹੁੰਦਾ ਮਰ ਨਾਜ਼ਰੀਨ ਤੁਸੀਂ ਵੀ ਇੰਜੋ ਕਿ ਜ਼ਮੀਰ ਮਰੇ ਦਾ ਲਾਣ ਹੋਇਆ ਨਾਜ਼ਰੀਨ ਤੁਸੀਂ ਕਹਿੰਦੇ ਜਿਵੇਂ ਖੰਬੇ ਨਾਲ ਤੋੜ ਕੇ ਫਲ ਖਾਦਾ ਨਾਜ਼ਰੀਨ ਤੁਸੀਂ ਇੰਜਾ ਮਿਰਚਾਂ ਵਾਲਾ ਪੈਂਪਰ ਹੁੰਦਾ ਨਾਜ਼ਰੀਨ ਤੁਸੀਂ ਇੰਜੋ ਮੈਸੇਂਜਰ ਤੇ ਇਹਨੂੰ ਬੁਲਾਇਆ ਓਏ ਚਲੋ ਯਾਰ ਓਕੇ ਲਵ ਯੂ